ਸੌ ਸਾਡਾ ਡੈਡੀ ਸ਼ਹੀਦ ਹੋਇਆ ਉਸ ਟਾਈਮ 1500 ਰੁਪਈਆ ਤੇ ਇੱਕ ਸਿਲਾਈ ਮਸ਼ੀਨ ਦੇ ਗਈ ਸੀ ਲੇਕਿਨ ਹੋਰ ਕੁਛ ਵੀ ਨਹੀਂ ਮੁੜ ਕੇ ਉਸ ਤੋਂ ਬਾਅਦ ਵਿੱਚ ਮਿਲਿਆ ਡਾਕੂਮੈਂਟ 35 ਸਾਲ 30 ਸਾਲ ਲੱਗ ਗਏ ਮੈਨੂੰ ਬਹੁਤ ਜ਼ਿਆਦਾ ਜਾਣੀ ਦਫ਼ਤਰਾਂ ਵਿੱਚ ਮੈਂ ਇਹੀ ਜਿਹੀਆਂ ਗੱਲਾਂ ਸੁਣੀਆਂ ਕਿ ਜਿਹੜੀਆਂ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਇਹ ਨਹੀਂ ਮੈਨੂੰ ਪਤਾ ਨਹੀਂ ਹੈਗਾ ਮੈਨੂੰ ਜ਼ਮੀਨ ਦੇ ਨੰਬਰ ਬਾਰੇ ਵੀ ਪਤਾ ਵਾ ਪਰ ਜਾਣੀ ਜਿਨ੍ਹਾਂ ਦੇ ਕੋਲ ਆ ਉਹ ਇਸ ਟਾਈਮ ਕਹਿ ਰਹੇ ਕਿ ਸਾਡੀ ਆ ਆਪਣੇ ਨੌਜਵਾਨਾਂ ਨੂੰ ਭਰਤੀ ਕਰਦੇ ਉਸ ਟਾਈਮ ਤਾਂ ਕਹਿ ਦਿੰਦੇ ਨੇ ਸਾਨੂੰ ਇੰਜ ਜੇ ਆ ਅਤੇ ਬਾਅਦ ਵਿੱਚ ਉਹਨਾਂ ਦੇ ਜਿਹੜੇ ਬੱਚੀਆਂ ਬੱਚੇ ਉਹਨਾਂ ਨੂੰ ਤਾਂ ਕੋਈ ਪੁੱਛਦਾ ਵੀ ਹੈ ਨਹੀਂਗਾ 1965 ਵਿਖੇ ਭਾਰਤ ਪਾਕਿਸਤਾਨ ਦੀ ਜੰਗ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਛੜੇ ਦਾ ਨਿਵਾਸੀ ਤੇ ਭਾਰਤੀ ਫੌਜ ਦਾ ਸਿਪਾਹੀ ਹੀਰਾ ਸਿੰਘ ਚੁੱਕੇ ਸ਼ਹੀਦ ਹੋ ਗਿਆ ਸੀ ਤੇ ਅੱਜ ਵੀ ਉਸ ਦੀ ਵਿਧਵਾ ਪਤਨੀ ਤੇ ਧੀ ਸਰਕਾਰੀ ਸਹੂਲਤਾਂ ਤੋਂ ਵਾਂਝੀਆਂ ਰਹਿ ਗਈਆਂ ਨੇ ਦੱਸ ਦਈਏ ਕਿ ਭਾਰਤੀ ਫੌਜ ਦੇ ਵਿੱਚ ਹੀਰਾ ਸਿੰਘ ਯੂਨਿਟ 6 ਦਾ ਸਿਪਾਹੀ ਸੀ ਤੇ 1965 ਦੀ ਜੰਗ ਦੇ ਵਿੱਚ ਉਹ ਜੰਮੂ ਕਸ਼ਮੀਰ ਬਾਰਡਰ ਤੇ ਪਾਕਿਸਤਾਨੀ ਫੌਜ ਦੇ ਨਾਲ ਲੜਦਾ ਲੜਦਾ ਸ਼ਹਾਦਤ ਦਾ ਜਾਮ ਪੀ ਗਿਆ ਸਿਪਾਹੀ ਹੀਰਾ ਸਿੰਘ ਜਦੋਂ ਸ਼ਹੀਦ ਹੋਇਆ ਸੀ ਤਾਂ ਉਸਦੀ ਪਤਨੀ ਗਰਭਵਤੀ ਸੀ ਤੇ 4 ਮਹੀਨੇ ਬਾਅਦ ਉਸਦੀ ਕੁੱਖੋਂ ਧੀ ਨੇ ਜਨਮ ਲਿਆ ਸ਼ਹਾਦਤ ਤੋਂ ਕੁਝ ਸਮੇਂ ਬਾਅਦ ਹੀ ਮਹਿੰਦਰ ਕੌਰ ਆਪਣੀ ਇਕਲੌਤੀ ਧੀ ਨੂੰ ਲੈ ਕੇ ਮਾਛੀਵਾੜਾ ਵਿਖੇ ਰਹਿਣ ਲੱਗ ਪਈ ਅਤੇ ਇੱਥੇ ਉਸਨੇ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਧੀ ਦਾ ਪਾਲਣ ਪੋਸ਼ਣ ਕਰ ਉਸਦਾ ਵਿਆਹ ਵੀ ਕਰ ਦਿੱਤਾ ਧੀ ਜਾਗੀਰ ਕੌਰ ਆਪਣੇ ਪਿਤਾ ਦੀ ਸ਼ਹਾਦਤ ਨੂੰ ਦੁਨੀਆਂ ਸਾਹਮਣੇ ਲਿਆਉਣਾ ਚਾਹੁੰਦੀ ਸੀ ਅਤੇ ਆਪਣੇ ਪਰਿਵਾਰ ਨੂੰ ਸਰਕਾਰ ਤੋਂ ਬਣਦੇ ਹੱਕ ਦਿਵਾਉਣ ਦੇ ਵਿੱਚ ਜੁੱਟ ਗਈ ਧੀ ਜਾਗੀਰ ਕੌਰ ਨੇ ਦੱਸਿਆ ਕਿ 1985 ਦੇ ਵਿੱਚ ਆਪਣੇ ਸ਼ਹੀਦ ਪਿਤਾ ਸਿਪਾਹੀ ਹੀਰਾ ਸਿੰਘ ਦਾ ਮਾਨ ਸਨਮਾਨ ਬਹਾਲ ਕਰਨ ਅਤੇ ਬਣਦੇ ਹੱਕ ਦਿਵਾਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਉਸਨੇ ਯੁੱਧ ਲੜਿਆ ਅਤੇ ਕਰੀਬ 21 ਸਾਲ ਦੀ ਜੱਦੋਜਹਿਦ ਤੋਂ ਬਾਅਦ ਕੇਵਲ ਸਰਕਾਰ ਨੇ ਉਹਨਾਂ ਨੂੰ ਪੈਨਸ਼ਨ ਲਗਾਈ ਪਿਤਾ ਦੀ ਸ਼ਹਾਦਤ ਤੇ ਪੁਖਤਾ ਸਬੂਤ ਦੇਣ ਤੋਂ ਬਾਅਦ ਫੌਜ ਨੇ ਉਹਨਾਂ ਨੂੰ ਨੈਸ਼ਨਲ ਅਵਾਰਡ ਵੀ ਦਿੱਤਾ ਪਰ ਜਿਸ ਤਰ੍ਹਾਂ ਸਰਕਾਰਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਜਾਂ ਗੁਜ਼ਾਰੇ ਦੇ ਲਈ ਕੋਈ ਸਾਧਨ ਮੁਹੱਈਆ ਨਹੀਂ ਕਰਵਾਏ ਗਏ ਉਹ 1965 ਵਿੱਚ ਪਿੰਡ ਬਛੜੇ ਸੀ ਜ਼ਿਲ੍ਹਾ ਤਰਨ ਤਾਰਨ ਅੰਮ੍ਰਿਤਸਰ ਦੇ ਵਿੱਚ ਸੀ ਅਤੇ ਮਤਲਬ ਉੱਥੇ ਸਾਡਾ ਪਿੰਡ ਹਜੇ ਵੀ ਘਰ ਹੈਗਾ ਉੱਥੇ ਮੇਰੇ ਡੈਡੀ ਜੀ ਇਕੱਲੇ ਸੀਗੇ ਮੇਰਾ ਚਾਚਾ ਤਾਇਆ ਕੋਈ ਨਹੀਂ ਸੀ ਲੇਕਿਨ 1965 ਚ ਜਦੋਂ ਸ਼ਹੀਦ ਹੋ ਗਏ ਸ਼ਹੀਦ ਕਿੱਥੇ ਹੋਏ ਕਿੱਥੇ 1965 ਦੀ ਕਿੱਥੇ ਜੰਗ ਹੋਈ ਸੀ ਇਹ ਜੰਮੂ 'ਚ ਹੋਈ ਸੀ ਪਾਕਿਸਤਾਨ ਪਾਕਿਸਤਾਨ ਨਾਲ ਉੱਥੇ ਸ਼ਹੀਦ ਹੋਏ ਹਾਂਜੀ ਉਸ ਤੋਂ ਬਾਅਦ ਵਿੱਚ ਮੇਰਾ ਜਨਮ ਹੋਇਆ ਅੱਛਾ ਤੁਹਾਡਾ ਜਨਮ ਤੁਹਾਡੇ ਪਿਤਾ ਜੀ ਦੀ ਮੌਤ ਤੋਂ ਬਾਅਦ ਹੋਇਆ ਹਾਂਜੀ ਮੇਰੇ ਡੈਡੀ ਜੀ ਤੋਂ ਬਾਅਦ ਵਿੱਚ ਮੇਰਾ ਜਨਮ ਹੋਇਆ ਅਤੇ ਮੇਰਾ 1 ਨਵੇਂ ਸਾਲ ਦੀ 1 ਤਰੀਕ ਨੂੰ ਜਨਮ ਆ ਲੇਕਿਨ ਕੋਈ ਚਾਚਾ ਨਹੀਂ ਸੀ ਤਾਇਆ ਨਹੀਂ ਸੀਗਾ ਡੈਡੀ ਜੀ ਇਕੱਲੇ ਸੀ ਅਤੇ 3 ਉਹਨਾਂ ਦੀਆਂ ਭੈਣਾਂ ਸੀ ਅਤੇ ਉਸ ਤੋਂ ਬਾਅਦ ਵਿੱਚ ਫਿਰ ਸਾਡੀ ਮੰਮਾ ਨੂੰ ਉਹਨਾਂ ਨੇ ਘਰੋਂ ਭੇਜ ਦਿੱਤਾ ਅਤੇ ਅਸੀਂ ਫਿਰ ਪਿੰਡ ਬਛੜਿਆਂ ਤੋਂ ਮਛੋੜਾ ਸਾਹਿਬ ਆ ਗਏ ਅੱਛਾ ਮਛੋੜਾ ਸਾਹਿਬ ਮੰਮਾ ਦੀ ਭੈਣ ਰਹਿੰਦੇ ਸੀਗੇ ਫਿਰ ਇੱਥੇ ਆ ਗਏ ਇਸ ਤੋਂ ਬਾਅਦ ਵਿੱਚ ਫਿਰ ਮੰਮਾ ਦੀ ਪੈਨਸ਼ਨ ਵੀ ਉਹਨਾਂ ਨੇ ਬੰਦ ਕਰਵਾ ਦਿੱਤੀ ਤਾਂ ਦਾਦਾ ਜੀ ਮੇਰੇ ਸੀਗੇ ਲੇਕਿਨ ਹੁਣ ਦਾਦਾ ਜੀ ਵੀ ਸ਼ਹੀਦ ਵੀ ਮਤਲਬ ਪੂਰੇ ਹੋ ਗਏ ਨੇ ਅਤੇ ਮੰਮਾ ਦੀ ਪੈਨਸ਼ਨ ਮੈਂ 1984 ਤੋਂ ਲੱਗ ਕੇ ਕਿਉਂਕਿ ਮੇਰੀ ਮੰਮਾ ਕੋਈ ਡਾਕੂਮੈਂਟ ਨਹੀਂ ਸੀਗਾ ਉਹਨਾਂ ਦੀ ਸ਼ਹਾਦਤ ਦਾ ਹਾਂਜੀ ਮੇਰੇ ਪਾਪਾ ਦਾ ਕੋਈ ਡਾਕੂਮੈਂਟ ਨਹੀਂ ਸੀਗਾ 1984 ਤੋਂ ਲੱਗ ਕੇ 82 ਦੀ ਮੇਰੀ ਮੈਰਿਜ ਆ 1984 ਤੋਂ ਮੈਂ ਜੋ ਡਾਕੂਮੈਂਟ ਲੱਭੇ ਕੀਤੇ ਉਹ ਦਫ਼ਤਰਾਂ ਵਿੱਚ ਜਾਂ ਕਿਸੇ ਰਿਸ਼ਤੇਦਾਰਾਂ ਵਿੱਚ ਜਾਂ ਕਿਤਿਓਂ ਵੀ ਉਹ ਸਿਰਫ ਮੈਨੂੰ ਪਤਾ ਹਾਂਜੀ ਤੇ ਹੁਣ ਮੈਨੂੰ ਘੱਟੋ ਘੱਟ ਵੀ 30-35 ਸਾਲ ਕਰਨੀ ਪਈ ਉਸ ਤੋਂ ਇਲਾਵਾ ਅਸੀਂ 2005 ਵਿੱਚ ਆ ਕੇ ਹੁਣ ਮੰਮਾ ਨੂੰ ਪੈਨਸ਼ਨ ਲੱਗੀ ਆ ਲੇਕਿਨ ਹੁਣ ਸਾਨੂੰ ਜਦੋਂ ਪੈਨਸ਼ਨ ਲੱਗੀ ਜਿਸੋਂ ਸਾਡਾ ਡੈਡੀ ਸ਼ਹੀਦ ਹੋਇਆ ਉਸ ਟਾਈਮ 1500 ਰੁਪਈਆ ਤੇ 1 ਸਿਲਾਈ ਮਸ਼ੀਨ ਦੇ ਗਈ ਸੀ ਲੇਕਿਨ ਹੋਰ ਕੁਛ ਵੀ ਨਹੀਂ ਮੁੜ ਕੇ ਉਸ ਤੋਂ ਬਾਅਦ ਵਿੱਚ ਮਿਲਿਆ ਕਿਉਂਕਿ ਜੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਸੀਂ ਸੁਣਦੇ ਹਾਂ ਕਿ ਕੀ ਮਿਲਦਾ ਕੀ ਨਹੀਂ ਲੇਕਿਨ ਨਹੀਂ ਸਾਨੂੰ ਨਾ ਤਾਂ ਕਦੇ ਕਿਸੇ ਨੇ ਕੋਈ ਇਹੋ ਜਿਹੀ ਗੱਲ ਕੀਤੀ ਸੀ ਮੈਨੂੰ ਸੈਂਟਰ ਵਿੱਚ 2 ਵਾਰੀ ਬੁਲਾਇਆ ਕਾਨਪੁਰ ਵੀ ਬੁਲਾਇਆ ਮੈਂ ਉੱਥੇ ਵੀ ਜਾਂਦੀ ਰਹੀ ਹਾਂ ਲੇਕਿਨ ਦਿੱਲੀ ਵੀ ਗਈ ਹਾਂ ਮੈਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਲੇਕਿਨ ਜਿਸ ਤਰ੍ਹਾਂ ਲੋਕਾਂ ਨੂੰ ਜ਼ਮੀਨਾਂ ਜਾਇਦਾਦਾਂ ਮਿਲਦੀਆਂ ਨੇ ਜਾਂ ਕੁਛ ਹੋਰ ਮਿਲਦਾ ਨਹੀਂ ਇਹ ਸਾਨੂੰ ਕੁਛ ਨਹੀਂ ਮਿਲਿਆ ਸਵਾਈ ਪੈਨਸ਼ਨ ਤੋਂ ਤੁਹਾਨੂੰ ਅੱਜ ਤੱਕ ਕਦੇ ਕੁਛ ਨਹੀਂ ਮਿਲਿਆ ਜੀ ਨਾ ਸਵਾਈ ਪੈਨਸ਼ਨ ਤੋਂ ਬਗੈਰ ਸਾਨੂੰ ਕੁਛ ਨਹੀਂ ਮਿਲਿਆ ਹੈਗਾ ਪੈਨਸ਼ਨ ਲੱਗੀ ਆ
ਉਹ ਦੇਖੋ 2005 ਤੋਂ ਲੱਗੀ ਆ, ਉਹ ਵੀ ਮੇਰਾ ਡਾਕੂਮੈਂਟ 35-30 ਸਾਲ ਲੱਗ ਗਏ ਮੈਨੂੰ ਬਹੁਤ ਜ਼ਿਆਦਾ, ਜਾਣੀ ਦਫ਼ਤਰਾਂ ਵਿੱਚ ਮੈਂ ਇਹੀ ਜਿਹੀਆਂ ਗੱਲਾਂ ਸੁਣੀਆਂ ਕਿ ਜਿਹੜੀਆਂ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ। ਬਹੁਤ ਜ਼ਰੂਰਤ ਬਣੀ, ਬੇਇੱਜ਼ਤੀ ਮਹਿਸੂਸ, ਮਤਲਬ ਜੋ ਮੇਰੀ ਲੁਧਿਆਣੇ ਸੈਨਕਪੁਰ ਦਫ਼ਤਰ ਵਿੱਚ ਕੀਤੀ ਸੀਗੀ ਜ਼ਿਲ੍ਹਾ ਭਲਾਈ 'ਚ, ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਮੇਰੇ ਨਾਲ ਕੀ ਹੋਇਆ ਸੀ ਔਰ ਕੀ ਨਹੀਂ। ਪਰ ਫਿਰ ਵੀ ਚਲੋ ਮੇਰੇ ਪੇਪਰ ਕਲੀਅਰ ਹੋਏ। ਮੇਰੇ ਨਾਲ ਕਈ ਇਹੋ ਜਿਹੇ ਇਨਸਾਨ ਸੀ ਕਿ ਜਿਨ੍ਹਾਂ ਨੇ ਮੇਰੀ ਬਹੁਤ ਸਪੋਰਟ ਕੀਤੀ, ਮਾਛੜ ਸਾਹਿਬ ਦੇ ਵਿੱਚ ਵੀ ਬਹੁਤ ਜਣੇ ਨੇ ਜਿਨ੍ਹਾਂ ਨੇ ਗਵਾਈਆਂ ਦੇ ਨਾਲ ਜਾਂ ਮੇਰੇ ਡਾਕੂਮੈਂਟਾਂ ਦੇ ਨਾਲ ਬਹੁਤ ਸਪੋਰਟ ਮੇਰੀ ਜਿਨ੍ਹਾਂ ਨੇ ਕੀਤੀ, ਉਹਨਾਂ ਦਾ ਤਾਂ ਮੈਂ ਸ਼ੁਕਰੀਆ ਦਾ ਕਰ ਵੀ ਨਹੀਂ ਸਕਦੀ। ਪਰ ਹੁਣ ਇੰਨਾ ਕੁ ਵੀ ਚਲੋ ਮੰਮਾ ਦੀ ਹੁਣ ਪੈਨਸ਼ਨ ਲੱਗੀ, ਮੰਮਾ ਮੇਰੇ ਕੋਲ ਆ, ਮੈਂ ਮੰਮਾ ਦੇ ਕੋਲ ਰਹਿੰਦੀ ਹਾਂ ਫਿਲਹਾਲ ਵੀ, ਰਹਿੰਦੇ ਤਾਂ ਰਹਿੰਦੀ ਤਾਂ ਮੰਮਾ ਸੀ ਉਰੇ, ਪਰ ਨਹੀਂ ਮੈਂ ਵੀ ਆਪਣੇ ਸਹੁਰੇ ਤੋਂ ਆਪਣੀ ਮੰਮਾ ਦੇ ਘਰ ਹੀ ਆਈ ਸੀ। ਅਤੇ ਉਹ ਪੈਨਸ਼ਨ ਤੋਂ ਇਲਾਵਾ ਤੁਸੀਂ ਆਪਣੇ ਹੋਰ ਹੱਕਾਂ ਲਈ ਜਿੱਦਾਂ ਸਰਕਾਰਾਂ ਵੱਲੋਂ 1 ਕਰੋੜ ਰੁਪਏ ਅਨਾਊਂਸ ਕੀਤਾ ਜਾਂਦਾ ਜਾਂ ਸਰਕਾਰਾਂ ਵੱਲੋਂ ਕੋਈ ਜ਼ਮੀਨ ਦਿੱਤੀ ਜਾਂਦੀ ਆ, ਇਹ ਜੀ ਤੁਹਾਨੂੰ ਕੁਝ ਪਤਾ ਲੱਗੇ ਵੀ ਜ਼ਮੀਨ ਵੀ ਮਿਲੀ ਜਾਂ ਕੁਛ ਮਿਲੀ ਆ? ਜ਼ਮੀਨ ਮਿਲੀ ਆ, ਮੇਰੀ ਭੂਆ ਜੀ ਦੇ ਬੇਟਿਆਂ ਦੇ ਕੋਲ ਆ ਜ਼ਮੀਨ, ਉਹਨਾਂ ਦੇ ਕੋਲ ਮਿਲੀ ਆ ਗੋਂਦਵਾਲ ਸਾਹਿਬ ਵਿੱਚ। ਲੇਕਿਨ ਉਹਨਾਂ ਨੇ ਆਪਣੇ ਕੋਲੋਂ ਵਾਹੁੰਦੇ ਬੀਜਦੇ ਨੇ, 4 ਭਰਾ ਨੇ, ਇੱਕ ਉਹਨਾਂ ਦਾ ਬੇਟਾ ਜਿਹੜੇ ਮੇਰੇ ਡੈਡੀ ਜੀ ਦਾ ਘਰ ਆ ਪਿੰਡ ਬਛੜਿਆਂ ਦੇ ਵਿੱਚ, ਉੱਥੇ ਰਹਿ ਰਿਹਾ ਕਿਉਂਕਿ ਮੈਂ ਪਹਿਲੀ ਵਾਰ ਪੈਨਸ਼ਨ ਮਿਲੀ ਆ ਅਤੇ ਮੈਂ ਖੰਡਵੜ ਸਾਹਿਬ ਵੀ ਕਰਾਉਣ ਗਈ ਸੀ ਔਰ ਉਹਨਾਂ ਨੇ ਮੈਨੂੰ ਇੱਕ ਕਮਰਾ ਵੀ ਨਹੀਂ ਸੀ ਦਿੱਤਾ ਕਿ ਹਾਲਾਂ ਅਸੀਂ ਮੁੱਲ ਨਹੀਂ ਵੇਚਿਆ ਅਤੇ ਮੈਨੂੰ ਉਹਨਾਂ ਨੇ ਇੱਕ ਕਮਰਾ ਵੀ ਨਹੀਂ ਸੀ ਦਿੱਤਾ ਹੈਗਾ। ਅਤੇ ਮੈਂ ਗੁਰਦੁਆਰਾ ਸਾਹਿਬ ਵਿੱਚ ਖੰਡਵੜ ਸਾਹਿਬ ਕਰਵਾ ਕੇ ਆਈ ਸੀਗੀ ਕਿਉਂਕਿ ਮੇਰੇ ਡੈਡੀ ਜੀ ਦੀ ਸਾਨੂੰ ਪਹਿਲੀ ਪੈਨਸ਼ਨ ਮਿਲੀ ਸੀ ਔਰ ਪਹਿਲੀ ਸਾਨੂੰ ਪੇਮੈਂਟ ਹੋਈ ਸੀ, ਸਾਡੀ ਮੰਮਾ ਦੇ ਡਾਕੂਮੈਂਟ ਕਲੀਅਰ ਹੋ ਗਏ ਸੀ ਉਸ ਟਾਈਮ, ਅਤੇ ਮੈਂ ਪਿੰਡ ਗਈ ਸੀ ਪਰ ਉਹਨਾਂ ਨੇ ਸਾਨੂੰ ਕਮਰਾ ਨਹੀਂ ਸੀ ਦਿੱਤਾ ਹੈਗਾ। ਅਤੇ ਉਸ ਤੋਂ ਇਲਾਵਾ ਜ਼ਮੀਨ ਵਿੱਚ ਵੀ ਉਹਨਾਂ ਦੇ 3 ਬੇਟੇ ਬੈਠੇ ਨੇ, ਭੂਆ ਜੀ ਦੇ 3 ਬੇਟੇ ਬੈਠੇ ਨੇ, ਫੁੱਫੜ ਜੀ ਵੀ ਪੂਰੇ ਹੋ ਗਏ ਆ ਕਿਉਂਕਿ 84 ਦੇ ਜਦੋਂ 88 ਦੇ ਹੜ੍ਹ ਆਏ ਸੀਗੇ ਤਾਂ ਉਸ ਟਾਈਮ ਉਹ ਪਾਣੀ 'ਚ ਹੜ੍ਹ ਕੇ ਦਰਿਆ ਵਿੱਚ ਉਹ ਰੁੜ ਗਏ ਸੀ, ਤਾਂ ਭੂਆ ਜੀ ਸਾਡੇ ਪੂਰੇ ਹੋ ਗਏ। ਪਰ ਭੂਆ ਜੀ ਦੇ 3 ਬੇਟੇ ਨੇ ਜਿਹੜੇ ਉਹ ਜ਼ਮੀਨ ਦੇ ਵਿੱਚ ਬੈਠੇ ਨੇ, ਅਤੇ ਮਿਆਣੀ ਵਿੱਚ ਜ਼ਮੀਨ ਆ, ਗੋਂਦਵਾਲ ਮਿਆਣੀ ਵਿੱਚ ਜ਼ਮੀਨ ਆ। ਮੈਨੂੰ ਪਤਾ ਇਹ ਨਹੀਂ, ਮੈਨੂੰ ਪਤਾ ਨਹੀਂ ਹੈਗਾ, ਮੈਨੂੰ ਜ਼ਮੀਨ ਦੇ ਨੰਬਰ ਬਾਰੇ ਵੀ ਪਤਾ ਵਾ, ਪਰ ਜਾਣੀ ਜਿਨ੍ਹਾਂ ਦੇ ਕੋਲ ਆ ਉਹ ਇਸ ਟਾਈਮ ਕਹਿ ਰਹੇ ਕਿ ਸਾਡੀ ਆ। ਤੁਸੀਂ ਜ਼ਮੀਨ ਬਾਰੇ ਪੁਲਿਸ ਨੂੰ ਕੋਈ ਜਾਂ ਪ੍ਰਸ਼ਾਸਨ ਜਾਂ ਸੈਨਿਕ ਵਿਭਾਗ ਨੂੰ ਜਿਹੜੇ ਹੈਗੇ ਆ ਆਪਣੇ ਹੱਕਾਂ ਲਈ ਕੋਈ ਸੰਘਰਸ਼ ਨਹੀਂ ਕੀਤਾ? ਮੈਂ ਤਰਨ ਤਾਰਨ ਵਿੱਚ SSB ਦਫ਼ਤਰ ਦੇ ਵਿੱਚ 3 ਵਾਰੀ ਮੈਂ ਲੈਟਰ ਪਾ ਚੁੱਕੀ ਹਾਂ, ਉਹਨਾਂ ਦੇ ਮੇਰੇ ਕੋਲ ਇਸ ਟਾਈਮ ਆਪਣੇ ਫੋਟੋ ਕਾਪੀਆਂ ਪਈਆਂ ਨੇ, ਹੈਗੀਆਂ ਮੇਰੇ ਕੋਲ, ਅਤੇ ਮੈਂ ਉੱਥੇ ਵੀ ਉਹਨਾਂ ਨੂੰ ਲੈਟਰ ਪਾਏ ਨੇ ਕਿ ਮੈਨੂੰ ਤੁਸੀਂ ਇਹ ਜ਼ਮੀਨ ਦਾ ਦੱਸੋ ਜਾਂ ਮਤਲਬ ਕੋਈ ਮੈਨੂੰ ਪਤਾ ਕਰਕੇ ਦੱਸੋ ਕਿਹਦੀ ਆ। ਲੇਕਿਨ ਮੈਨੂੰ ਇੱਥੇ ਤੱਕ ਪਤਾ ਕਿ ਜ਼ਮੀਨ ਕਿੰਨੀ ਆ, ਇਹ ਨਹੀਂ ਕਿ ਪਤਾ ਨਹੀਂ। ਹਰ ਸ਼ਹੀਦ ਨੂੰ 10 ਕਿੱਲੇ ਮਿਲਦੇ, 10 ਕਿੱਲੇ ਤੋਂ ਵੱਧ ਜ਼ਮੀਨ ਆ, 88 ਕਨਾਲਾਂ, 16 ਮਰਲੇ ਜ਼ਮੀਨ ਆ, ਇਹ ਨਹੀਂ ਕਿ ਮੈਨੂੰ ਪਤਾ ਨਹੀਂ। ਪਰ ਜਾਣੀ ਨਾ ਉਹਨਾਂ ਨੇ ਮੈਨੂੰ ਕਦੇ ਇਸ ਗੱਲ ਬਾਰੇ ਕਹੀ ਨਹੀਂ ਵੀ ਅਸੀਂ ਤੈਨੂੰ ਜਾਂ ਦੇਈਏ ਜਾਂ ਨਾ ਦੇਈਏ। ਅਤੇ ਤੁਹਾਨੂੰ ਜ਼ਮੀਨ ਤੋਂ ਇਲਾਵਾ ਕੋਈ ਸਰਕਾਰ ਨੇ ਕੋਈ ਤੋਂ ਇਲਾਵਾ ਕੋਈ ਹੋਰ ਕਦੇ ਫੰਡ ਦਿੱਤੇ ਹੋਣ ਜਾਂ ਸ਼ਹੀਦ ਪਰਿਵਾਰ ਫੰਡ 'ਚ ਕੋਈ ਸ਼ਹੀਦ ਲਈ ਕੋਈ ਆਉਂਦੇ ਆ ਯੋਜਨਾ ਆਈਆਂ ਹੋਣ ਉਦੋਂ ਕੋਈ ਲਾਭ ਮਿਲਿਆ ਹੋਵੇ ਕਦੇ? ਨਹੀਂ, ਉਹ ਸਾਨੂੰ ਹਾਲੇ ਤੱਕ ਹਜੇ ਕੋਈ ਗੱਲ ਨਹੀਂ ਹੋਈ ਹੈਗੀ। ਪੈਨਸ਼ਨ ਮੰਮਾ ਨੂੰ ਜ਼ਰੂਰ ਪ੍ਰੋਪਰ ਆ ਰਹੀ ਆ ਅਤੇ ਉਹਦਾ ਆਪਾਂ ਨੂੰ ਪਤਾ ਵਾ, ਹੋਰ ਆਪਾਂ ਨੂੰ ਕਦੇ ਕਿਤੇ ਕਦੀ ਕਿਸੇ ਨੇ ਬੁਲਾਇਆ ਨਹੀਂ ਜਾਂ ਵੀ ਕਦੀ ਕਿਤੇ ਅਸੀਂ ਗਏ ਵੀ ਨਹੀਂ ਹੈਗੇ। ਕਾਨਪੁਰ ਵੀ ਬੁਲਾਇਆ ਸੀ, ਯੂਪੀ ਬੁਲਾਇਆ ਸੀ ਅਤੇ ਦਿੱਲੀ ਮੈਨੂੰ ਬੁਲਾਇਆ ਸੀ ਜਿੱਥੇ ਅਮੋਰੀਅਰ ਆ ਇਹਨਾਂ ਦਾ, ਸ਼ਹੀਦਾਂ ਸਿੰਘਾਂ ਦਾ, ਅਤੇ ਉੱਥੇ ਉਹਨਾਂ ਨੇ ਬੁਲਾ ਕੇ ਮੈਨੂੰ ਨੈਸ਼ਨਲ ਅਵਾਰਡ ਵੀ ਦਿੱਤਾ ਸੀ। ਹੁਣ ਤੁਸੀਂ ਸਰਕਾਰ ਅਤੇ ਪ੍ਰਸ਼ਾਸਨ ਜਾਂ ਆਪਣੇ ਸੈਨਿਕ ਵਿਭਾਗ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਤੋਂ ਕੀ ਮੰਗ ਕਰਦੇ ਹੋ? ਦੇਖੋ, ਜੋ ਸ਼ਹੀਦਾਂ ਦਾ ਹੱਕ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ, ਉਹਨਾਂ ਦੇ ਪਰਿਵਾਰ ਨੂੰ। ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਘਰ ਬਾਰ ਕਿਸੇ ਦਾ ਹੋਵੇ ਅਤੇ ਬੈਠ ਜਾ ਕੇ ਕੋਈ, ਫਿਰ ਇਹਦਾ ਸਰਕਾਰ ਨੂੰ ਵੀ ਗੌਰ ਕਰਨੀ ਚਾਹੀਦੀ। ਜਿਸ ਦਿਨ ਆਪਣੇ ਨੌਜਵਾਨਾਂ ਨੂੰ ਭਰਤੀ ਕਰਦੇ ਉਸ ਟਾਈਮ ਤਾਂ ਕਹਿ ਦਿੰਦੇ ਨੇ ਸਾਨੂੰ ਇੰਜ ਜੇ ਆ, ਅਤੇ ਬਾਅਦ ਵਿੱਚ ਉਹਨਾਂ ਦੇ ਜਿਹੜੇ ਬੱਚੀਆਂ ਬੱਚੇ ਉਹਨਾਂ ਨੂੰ ਤਾਂ ਕੋਈ ਪੁੱਛਦਾ ਵੀ ਹੈ ਨਹੀਂ ਗਾ। ਜੋ ਮੈਂ ਇਹ ਕੀਤਾ ਵਾ ਮੈਨੂੰ ਪਤਾ ਉਹ ਮੈਂ ਕਿਸ ਤਰ੍ਹਾਂ ਕੀਤਾ ਅਤੇ ਮੈਂ ਦਫ਼ਤਰ ਤੱਕ ਕਿਤਰਾਂ ਪਹੁੰਚੀਆਂ ਔਰ ਡਾਕੂਮੈਂਟ ਮੈਂ ਕਿਵੇਂ ਇਕੱਠੇ ਕੀਤੇ ਨੇ, ਉਹਨਾਂ ਤੱਕ ਤਾਂ ਦਫ਼ਤਰ ਦੇ ਵਿੱਚ ਕੋਈ ਜਾ ਵੀ ਨਹੀਂ ਸਕਦਾ। ਅਤੇ ਆਰਮੀ ਦਾ ਤਾਂ ਇਹ ਅਸੂਲ ਆ ਵੀ ਆਰਮੀ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਕੋਈ ਜਾ ਸਕਦਾ ਹੈਗਾ। ਹੁਣ ਸਰਕਾਰ ਨੇ ਕਦੇ ਬੁਲਾ ਕੇ ਸਨਮਾਨ ਨਹੀਂ ਕੀਤਾ ਸ਼ਹੀਦ ਪਰਿਵਾਰ 'ਚੋਂ ਵੀ ਤੁਹਾਨੂੰ ਸਨਮਾਨ ਕੀਤਾ ਹੋਵੇ? ਬਸ ਉੱਥੇ ਹੀ ਬੁਲਾਇਆ ਸੀ, ਸੈਂਟਰ 'ਚ ਬੁਲਾਇਆ ਸੀ, ਕਾਨਪੁਰ ਬੁਲਾਇਆ ਸੀਗਾ ਅਤੇ ਜਾਂ ਉੱਥੇ ਦਿੱਲੀ ਬੁਲਾਇਆ। ਦ ਸਮਰ ਨਿਊਜ਼ ਦੇ ਲਈ ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ ਦੀ ਰਿਪੋਰਟ।